ਤੁਸੀਂ ਦੇਖ ਰਹੇ ਹੋ ਅਧਾਰਾ ਤਹਿਲਕਾ ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.tehalkapunjab.tv। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਅਕਾਲੀ ਵਰਕਰਾਂ ਦੀ ਕੀ ਕਰਤੂਤ ਹੈ। ਇੱਕ ਪਾਸੇ ਬੀਬੀ ਹਰਸਿਮਰਤ ਕੌਰ ਬਾਦਲ ਨੰਨੀ ਸ਼ਾਂ ਦੀ ਦੁਹਾਈ ਦੇ ਰਹੀ ਹੈ ਤੇ ਜੇ ਉਹੀ ਨੰਨੀ ਸ਼ਾਂ ਕਦੇ ਬੀਬੀ ਬਾਦਲ ਕੋਲ ਫਰਿਆਦ ਲੈ ਕੇ ਚਲੀ ਜਾਵੇ ਤਾਂ ਬਦਲੇ ਵਿੱਚ ਉਸਦੀ ਹੁੰਦੀ ਹੈ ਕੁੱਟਮਾਰ। ਤੁਸੀਂ ਵੀ ਦੇਖੋ ਆਪਣੇ ਅੱਖੀਂ, ਇਹ ਕੋਈ ਫਿਲਮ ਦਾ ਸੀਨ ਨਹੀਂ ਹੈ ਬਲਕਿ ਇਹ ਹਾਦਸਾ ਪੇਸ਼ ਆਇਆ ਮਾਲਵੇ ਦੇ ਇੱਕ ਪਿੰਡ ਦੌਲਾਂ ਵਿਖੇ ਜਿੱਥੇ ਈਜੀਐਸ ਅਧਿਆਪਕ ਯੂਨੀਅਨ ਦੇ ਮੈਂਬਰ ਪਿਛਲੇ ਇੱਕ ਹਫ਼ਤੇ ਤੋਂ ਹੜਤਾਲ ਤੇ ਬੈਠੇ ਸਨ ਪਰ ਜਦੋਂ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਣ ਗਏ ਤਾਂ ਅਕਾਲੀ ਸਰਪੰਚ ਨੇ ਉਹਨਾਂ ਦੀ ਕੁੜੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਪਰ ਕਿਸੇ ਵੀ ਪੁਲਿਸ ਥਾਣੇ ਵਿੱਚ ਇਸ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ਕਿਉਂਕਿ ਸੱਚ ਇਹੀ ਹੈ ਕਿ ਜਿਸ ਕੀ ਲਾਠੀ ਉਸੀ ਕੀ ਬੈਂਸ। ਪੂਰਾ ਮਾਮਲਾ ਕੀ ਹੈ ਆਓ ਮਾਰਦੇ ਹਾਂ ਇੱਕ ਨਜ਼ਰ। ਤੁਹਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਪਾ ਦੇਣ ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਅਧਾਰਾ ਤਹਿਲਕਾ ਪੰਜਾਬ ਅਤੇ ਪਬਲਿਕ ਪਲੇਸ ਮੋਨੀਟਰ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ ਬਾਬਾ ਮਾਰਕੀਟ ਸੈਕਿੰਡ ਫਲੋਰ ਓਪੋਜ਼ਿਟ ਬੱਸ ਸਟੈਂਡ ਜਲੰਧਰ।